ਅਸਲਾਮੁਅਲੈਕਮ ਕੀ ਹਾਲ ਚਾਲ ਹੈ ਦਾਦਾ ਠੀਕ ਠਾਕ ਤੁਸੀਂ ਸਾਰੇ ਕਿਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ ਅੱਲਾਹ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ ਤੇ ਵੀ ਦਿਨ ਚਾਰ ਪਿਆਵੇ ਤੇ ਇਹ ਟੀੜਾ ਪਾ ਟੀੜਾ ਜਿਹੜਾ ਇਹ ਵੀ ਉੱਠ ਗਿਆ ਵੇ ਇਹ ਪਾ ਟੀੜਾ ਸਵੇਰੇ ਸਵੇਰੇ ਉੱਠ ਜਾਂਦਾ ਵੇ ਇਹ ਪਾ ਟੀ ਤੇ ਸਾਨੂੰ ਕੋਈ ਕੰਮ ਨਹੀਂ ਕਰਨ ਦੇਂਦਾ ਹੁਣ ਜਿਹੜਾ ਥੋੜਾ ਬੜਾ ਹੁੰਦਾ ਜਾ ਰਿਹਾ ਇਹਨੂੰ ਵੀ ਦੁਨੀਆ ਚ ਆਇਆ ਬਈ ਇਹਨੂੰ ਵੀ ਕੁਝ ਪਤਾ ਚੱਲ ਰਿਹਾ ਦੁਨੀਆ ਦਾ ਦੁਨੀਆ ਛਾਇਆ ਵਾ ਮੈਂ ਕੋਈ ਤੰਗ ਤੰਗ ਵੀ ਕਰਨਾ ਹੈ ਕਿ ਸਿੱਧਾ ਸ਼ਰੀਫ ਬੰਦਾ ਬਣ ਕੇ ਨਹੀਂ ਬੈਠਾ ਰਹਿਣਾ ਦੁਨੀਆ ਮੇ ਆਏ ਹੋ ਤੋ ਐਸ਼ ਕਰ ਲੋ ਦੁਨੀਆ ਮੇ ਆਏ ਹੋ ਤੋ ਐਸ਼ ਕਰ ਲੋ ਤੇ ਹੁਣ ਐਸ਼ ਕਰਨ ਵਾਸਤੇ ਆਏ ਨੇ ਯਾਹੀਆ ਸਾਹਿਬ ਤੇ ਯਾਹੀਆ ਕੋਈ ਰਾਜਤੀ ਨੰਬਰ ਸਾਨੂੰ ਦੇਣ ਨੂੰ ਤਿਆਰ ਨਹੀਂ ਨੇ ਤੇ ਇਸ ਤਰ੍ਹਾਂ ਨੂੰ ਸਿਰੇ ਸਿਰੇ ਫੜ ਕੇ ਇਹਨਾਂ ਦੀ ਡਿਊਟੀ ਦੇਣੀ ਪੈਂਦੀ ਹੈ ਯਾਹੀਆ ਦੀ ਤੇ ਫਿਰ ਅਸੀਂ ਬਾਕੀ ਦਾ ਆਪਣੇ ਕੰਮ ਕਾਜ ਸਵਾਲ ਲਿਆ ਬੱਚਾ ਕਹਿੰਦੇ ਨੇ ਬਾਦਸ਼ਾਹ ਹੁੰਦਾ ਵੇ ਵਾਕੇ ਵੀ ਬਿਲਕੁਲ ਜੇ ਨੇ ਗੱਲ ਕਹੀਏ ਨਾ ਉਹ ਸੋਨਾ ਨੇ ਸੱਚ ਕਹੀਏ ਉਹ ਬੱਚਾ ਬਾਦਸ਼ਾਹ ਨਾਲ ਵੱਧ ਕੇ ਕੋਈ ਚੀਜ਼ ਹੁੰਦਾ ਉਹ ਸਾਰੇ ਕੰਮ ਛੱਡ ਦੋ ਕਰ ਦੋ ਬੱਚਾ ਨਹੀਂ ਰੋਣਾ ਚਾਹੀਦਾ ਤੇ ਘਰ ਪਾਵੇ ਖਿਲਰੇਆ ਰਵੇ ਪਾਵੇ ਤੁਹਾਡੇ ਕਿੱਡੇ ਜ਼ਰੂਰੀ ਅਟਕੇ ਹੋਣ ਪਾਵੇ ਤੁਹਾਡੀ ਹਾਂਡੀ ਸੜ ਜਾਵੇ ਪਰ ਬੱਚਾ ਜਿਹੜਾ ਵੇ ਉਹਦੀ ਫਿਰ ਫੌਰਨ ਸੁਣਨੀ ਪੈਂਦੀ ਇਹ ਦੇਖੋ ਜੀ ਕਵਾਲਾ ਜਿਹੜਾ ਮੇਰੇ ਨਾਲ ਲੱਗਿਆ ਹੋਇਆ ਹੋਏ ਤੇ ਹੁਣ ਅਸੀਂ ਉਠਾਂਗੇ ਆਪਣੇ ਰੋਜ਼ ਮਰਰਾ ਦੇ ਕੰਮਕਾਜ ਕਰਾਂਗੇ ਤੇ ਆਪਣੇ ਨਿਪਟਾਵਾਂਗੇ ਤੇ ਮੈਂ ਕਹਿੰਦਾ ਸਰੇ ਸਰੇ ਟੱਲੇ ਨਾਲ ਪ੍ਰੋਜੈਕਟ ਖਤਮ ਕਰ ਲਵਾ ਫਿਰ ਤੇ ਇੰਨਾ ਮਸਰੂਫ ਹੋ ਜਾਂਦੇ ਆ ਜਸੀਂ ਕਪੜਿਆਂ ਦੀ ਬੜੀ ਦਵਾਈ ਵੀ ਕੱਢਣੀ ਹੈ ਧੁੱਪ ਦੀ ਨਵੀਦ ਦਿੱਤੀ ਗਈ ਹੈ ਕਿ ਅੱਜ ਧੁੱਪੇ ਤੇ ਦਵਾਈ ਸ਼ਾਈ ਵੀ ਕੱਢਣੀ ਹੈ ਤੇ ਬਾਕੀ ਅਸੀਂ ਹੋਰ ਕੰਮ ਜ਼ਾਰੇ ਰੁਟੀਨ ਦੇ ਜਿਹੜੇ ਕੰਮ ਨੇ ਉਹ ਤੇ ਕਰਨੇ ਹੀ ਨੇ ਨਾ ਤੇ ਬੱਚਾ ਤੇ ਪੂਰਾ ਦਿਨ ਦਾ ਇੱਕ ਇਜ਼ਾਫੀ ਮਾਸ਼ਾਅੱਲਾ ਮਾਸ਼ਾਅੱਲਾ ਅੱਲਾਹ ਜ਼ਾਲਾ ਦਾ ਸ਼ੁਕਰ ਹੈ ਕਿ ਪੂਰਾ ਬੜੀ ਹਾਰਡ ਜੌਬ ਜਿਹੜੀ ਹੈ ਨਾ ਆ ਜਾਂਦੀ ਨੂਰ ਫਾਤਮਾ ਜਦੋਂ ਛੋਟੀ ਸੀ ਰਾਫੇ ਹੋਇਆ ਫਿਰ ਯੂਸਫ ਹੋਇਆ ਅਸੀਂ ਸੰਭਾਲ ਲੈ ਸਤ ਜੈਸੀ ਬਈਆ ਤੇ ਬੜੀ ਹਾਰਡ ਜੌਬ ਏ ਤੇ ਵਾਕਈ ਬੱਚਾ ਜਿਹੜਾ ਹਾਰਡ ਜੌਬ ਹੁੰਦਾ ਵੇ ਤੇ ਇਹ ਅਸੀਂ ਕੀ ਕਹਿੰਦੇ ਸਾਰਾ ਕੁਝ ਸਾੜਾ ਹਲਕੀ ਲੜਿਆ ਪਿਆ ਕੋਈ ਜ਼ਿਆਦਾ ਸਾੜੇ ਉਹ ਤੇ ਨਾ ਜਾਈਓ ਤੇ ਹੁਣ ਫਿਰ ਮੈਂ ਤੁਹਾਨੂੰ ਚੱਲਨੀ ਆ ਇੱਥੇ ਕੋਈ ਨਾਸ਼ਤਾ-ਵਸਤਾ ਕਰੀਏ ਤਾਂ ਆਪਣਾ ਰੁਟੀਨ ਵਰਕ ਸ਼ੁਰੂ ਕਰੀਏ ਤੇ ਫਿਰ ਮਿਲਨੇ ਆ ਅੱਲਾ ਹਾਫਿਜ਼ ਤੇ ਰੱਬ ਰਾਖਾ ਉਪ ਨਿਕਲੀ ਇਹ ਤੇ ਅਜੋਦਾ ਸੀ ਫਾਇਦਾ ਚੋਕ ਰਹੇ ਆ ਬਈ ਇਹ ਦੇਖੋ 13 ਦੇ ਹਿਸਾਬ ਦੇ ਨਾਲ ਚਾਦਰਾਂ ਲਾਈਆਂ ਨੇ ਸਾਰੀ ਡੂਵੇ ਕਬਰ ਚੇਂਜ ਕੀਤੇ ਨੇ ਇਸ ਦਾ ਵੀ ਉਤਾਰਿਆ ਯੂਸਫ ਦਾ ਡੂਵੇ ਇਹ ਮੇਰਾ ਇਹਦਾ ਵੀ ਕਵਰ ਚੇਂਜ ਕੀਤਾ ਹੋਇਆ ਸੀ ਇਹ ਮੁਸਤਫਾ ਦਾ ਸਾਰੇ ਕਬਰ ਉਤਾਰੇ ਨੇ ਤੇ ਹੁਣ ਜੇ ਮੈਟ੍ਰਸ ਦੇ ਤੇ ਯੂਸਫ ਨੀਚੇ ਸੌਂਦਾ ਹੋਵੇ ਇਹਦਾ ਮੈਂ ਦੇਸੀ ਤਰੀਕਾ ਕੀਤਾ ਹੋਇਆ ਸੀ ਕਿ ਆਪ ਮੈਂ ਖੁਦ ਸੀਕਿਆ ਨਾ ਇਹਦੇ ਤੇ ਕਵਰ ਚੜਾਇਆ ਹੋਇਆ ਸੀ ਕਿਉਂਕਿ ਬੱਚਿਆਂ ਵਾਲਾ ਘਰ ਹੈ ਤੇ ਇਸ ਤੋਂ ਹੁਣ ਇਹਨੂੰ ਮੈਂ ਉਧੇੜ ਰਹੀ ਆਂ ਇੰਨਾ ਮੈਂ ਦੇ ਲਈ ਆਵੇ ਬਾਕੀ ਮੈਂ ਦੇੜ ਕੇ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਇਹ ਦੇੜ ਕੇ ਇਹਦਾ ਵੀ ਉਤਾਰਨਾਵੇਂ ਇੱਕ ਵਾਰ ਧੋਵਾਂਗੇ ਧੋ ਕੇ ਦੁਬਾਰਾ ਚੜਾ ਕੇ ਤੇ ਫਿਰ ਜੜਾ ਸਲਾਈ ਕਰਾਂਗੀ ਮੈਂ ਕਡੂਈ ਲੈ ਕੇ ਵੱਡੀ ਕਟੂਈ ਲੈ ਕੇ ਤੇ ਫਿਰ ਇੰਨਾ ਵੱਡਾ ਮੈਂ ਪਸੀਨ ਯਕੀਨ ਮੰਨੋ ਸਾਰਿਆਂ ਲਈ ਪਸੀਨੋਂ ਪਸੀਨ ਹੋ ਗਈਆਂ ਬਸ ਅੱਜ ਧੋਪੇ ਤੇ ਅੱਜ ਸਾਰੀਆਂ ਧਵਾਈਆਂ ਕੱਢਣੀਆਂ ਨੇ ਅਸੀਂ ਉਸ ਤਫਾ ਦੇ ਕੰਮ ਦੇਖੋ ਕੱਲ ਮੱਗ ਖਾਲੀ ਕਰਕੇ نیچے ਲੈ ਗਿਆ ਸੀ ਕਹਿੰਦਾ ਮੈਂ ਜੜਾ ਨਾ ਇਹ ਚਪਟਣ ਕਰ ਰਹੀਆਂ ਕਿ ਮੈਂ ਇਸ ਜੂਸ ਪੀਾਂਗਾ ਹਾਲਾਂਕਿ ਪੈਨ ਰੱਖਣ ਵਾਲਾ ਪੈਨ ਸਾਰੇ ਕੱਢ ਕਿਥੇ ਸੁੱਟ ਗਿਆ ਸੀ ਹੁਣ ਮੈਂ ਸਾਰੇ ਪੈਨੇ ਰਿਸ਼ ਦੁਬਾਰਾ ਰੱਖਾਂਗੀ ਅੱਜ ਪੱਕ ਰਿਹਾ ਜੀ ਕੋਰਮਾ ਯਾਜ਼ ਲੈ ਕੇ ਆ ਗਈਆਂ ਸਾਰੇ ਤੇ ਨਹੀਂ ਕਟਣੇ ਇੱਕ ਦੋ ਪਿੱਛੇ ਰੱਖ ਦਵਾਂਗੀ ਐਕਸਟਰਾ ਲੈ ਆਈਆਂ ਇਹ ਚਿਕਨ ਕੱਢ ਕੇ ਰੱਖਿਆ ਹੋਵੇ ਮੌਸਮ ਹੱਸੀ ਹੈ ਲੇਕਿਨ তুম ਸਾਹਸੀ ਨਹੀਂ ਹੈ ਐ ਮੇਰੇ ਹਮਨਸ਼ੀ ਐ ਮੇਰੇ ਹਮਨਸ਼ੀ ਹਮਨਸ਼ੀ ਮਾਸਮ ਤੇ ਵਾਕਈ ਹਸੀਨ ਹੈ ਪਰ ਐਵੇਂ ਕਿ ਬੜੀ ਅਸੀਂ ਬੜੇ ਪਰੇਸ਼ਾਨ ਹੋ ਗਏ ਆ ਦੇਖੋ ਚਾਦਰਾਂ ਤੇ ਤਕੀਆਂ ਦੇ ਖਿਲਾਫ ਤੇ ਭਈ ਬੜਾ ਕੁਝ ਅਸੀਂ ਅਜਤ ਹੋਤਾ ਆਵੇ ਤੇ ਹਾਲੇ ਸੁਵਾਈ ਚੱਲਦੀ ਪਈ ਅੰਦਰ ਪਰ ਐਵੇਂ ਕਿ ਸਵੇਰੇ ਜਦੋਂ ਅਸੀਂ ਉੱਟੇ ਬੜੇ ਜੀ ਸ਼ਾਨਦਾਰ ਧੋਪ ਸੀ ਚਿੱਚੀ ਤੀ ਬਾਹਰ ਆਏ ਨਾਸ਼ਤਾ ਵੀ ਨਹੀਂ ਕੀਤਾ ਸਭ ਤੋਂ ਪਹਿਲੇ ਕਪੜੇ ਜਿਹੜੇ ਰਹਾਤੋਂ ਮਸ਼ੀਨ ਚ ਪਾ ਦਿੱਤੇ ਸਨ ਕਿ ਸਵੇਰੇ ਤੋਂ ਉੱਪੇ ਉਹ ਫਟਾਫਟ ਖਿਲਾਰ ਦਿੱਤੇ ਤੇ ਦੋ ਚੱਕਰ ਤੇ ਮੈਂ ਉਤਾਰ ਕੇ ਲਈ ਜਾ ਚੁੱਕੀ ਹਾਂ ਤੇ ਦੋ ਹੋਰ ਪਾ ਚੁੱਕੀ ਹਾਂ ਤੇ ਹਲੇ ਜਿਹੜੇ ਇਹ ਮੈਂ ਫੋਲਣ ਵਾਸਤੇ ਹੁਣ ਮੈਂ ਆਈ ਹਾਂ ਇੰਨੀ ਤਾਂ ਆਈ ਕੱਢੀ ਅੱਜ ਹਲੇ ਵੀ ਕਪੜੇ ਬਾਕੀ ਪਏ ਨੇ ਹੁਣ ਮੈਂ ਸਮਝੋ ਪੰਜਵੀਂ ਦਫਾ ਮਸ਼ੀਨ ਚਲਾ ਕੇ ਆਈਆਂ ਕਿਉਂਕਿ ਬੈੱਡ ਸ਼ੀਟ ਉੱਤਰਦੀ ਹੈ ਨਾ ਜਿਸ ਦਿਨ ਤੋਂ ਉਹਦਾ ਕੱਪੜਾ ਇਕੱਠਾ ਹੋ ਜਾਂਦਾ ਵੇ ਤੇ ਹੁਣ ਬਦਲ ਹੋ ਗਏ ਨੇ ਡਰ ਪਿਆ ਲੱਗਦਾ ਹੈ ਯਾ ਅੱਲਾਹ ਕਪੜੇ ਤੋਂ ਬੈਟੇ ਆ ਤੇ ਕਪੜੇ ਸੁੱਕ ਜਾਣ ਦੇਖੋ ਹੁਣ ਕੀ ਹੁੰਦਾ ਵੇ ਤੁਪ ਗਾਇਬ ਹੋ ਗਈ ਏ ਇਹ ਤੁਪ ਛਾਂ ਤੁਪ ਛਾਂ ਚੱਲਦਾ ਵੇ ਇੱਥੇ ਬੜਾ ਇਹ ਮਸਲਾ ਕਪੜੇ ਤੋੜ ਮਲਾ ਜਿਹੜਾ ਨਾ ਤੁਹਾਨੂੰ ਜ਼ਬਾਨੀ ਯਾਦ ਹੋ ਗਿਆ ਨਾ ਮੈਂ ਤੁਹਾਨੂੰ ਨਾਲ ਜਿਹੜਾ ਰੋਜ਼ਾਨਾ ਦਾ ਮੌਸਮ ਮਹਿਮਾ ਮੌਸਮ ਹੀ ਤੁਹਾਨੂੰ ਦੱਸਦਾ ਰਹਿੰਦਾ ਵੇ ਤੇ ਬਸ ਹੁਣ ਮੈਂ ਕਪੜੇ ਲਾਨੀ ਆ ਤੇ ਬਾਕੀ ਫੇ ਮੈਂ ਪਾਨੀ ਆ ਤੇ ਅੱਗੇ ਦੇਖਨੇ ਆ ਕੀ ਹੁੰਦਾ ਵੇ ਤੇ ਅੰਦਰ ਜਾਣੇ ਆ ਆਪਣਾ ਕੋਰਮਾ ਚੈੱਕ ਕਰਨੇ ਆ ਵੀ ਕੋਰਮਾ ਰੱਖਿਆ ਪਕੜਾ ਉਹਦਾ ਕੀ ਹਾਲ ਬਣਿਆ ਉਹਦਾ ਕੀ ਹਸ਼ਰ ਨਸ਼ਰ ਨਿਕਲਿਆ ਗਰਮਾ ਗਰਮ ਕੋਰਮਾ ਤਿਆਰ ਹੋ ਗਿਆ ਚਿਕਨ ਕੋਰਮਾ ਖਾਣ ਵਾਸਤੇ ਰੈਡੀ ਏ ਤੇ ਖੁਸ਼ਬੂ ਤੇ ਜਾ ਰਹੀ ਤਾਂ ਰੋਇ ਦੇ ਵਿੱਚ ਨਹੀਂ ਆ ਸਕਦੀ ਲੇਕਿਨ ਬਹੁਤ ਬੜੀ ਅੱਛੀ ਖੁਸ਼ਬੂ ਆ ਰਹੀ ਏ ਨਾਲ ਗਰਮ ਕਰਨੇ ਨੇ ਅਸੀਂ ਸ਼ੀਰ ਮਹਾਲ ਦੋ ਪੈਕਟ ਕੜਕੀ ਰੱਖੇ ਨੇ ਸ਼ੀਰਮਾਲ ਦੇ ਤੇ ਉਹਦੇ ਨਾਲ ਅਸੀਂ ਖਾਵਾਂਗੇ ਸ਼ੀਰਮਾਲ ਜਿਹਨੇ ਰੋਟੀ ਖਾਣੀ ਹੋਈਗੀ ਲੇਕਿਨ ਜ਼ਿਆਦਾਤਰ ਸ਼ੀਰਮਾਲੀ ਦੇ ਨਾਲ ਖਾਣਦੇ ਆ ਤੇ ਸ਼ੁਕਰ ਹੈ ਕਿ ਮਿਲ ਵੀ ਜਾਂਦੇ ਨੇ ਤੇ ਅਸੀਂ ਇਹ ਜਿਹੜਾ ਰੱਖਿਆ ਜੀ ਮੈਂ ਹੁਣ ਆਟਾ ਗੁੰਨਣ ਲੱਗੀ ਆ ਯੂਸਫ ਵਾਸਤੇ ਕੜੀ ਵਾਲਾ ਆਟਾ ਕੜੀ ਬਚ ਗਈ ਬਿਲਕੁਲ ਠੀਕ ਹੈ ਕਪੜਾ ਬਹੁਤ ਅੱਛਾ ਹੈ ਬਹੁਤ ਮਜ਼ਬੂਤ ਕਪੜਾ ਹੈ ਪਰ ਇਹ ਜਿਹੜਾ ਇਹਨਾਂ ਦੀ ਡੋਰੀਆਂ ਨਾ ਇਹ ਥੋੜੀ ਉੱਪਰ-ਨੀਚੇ ਕਰਨਾ ਇਹ ਖਰਾਬ ਹੋ ਗਈਆਂ ਸੰਦ ਇਸ ਤੋਂ ਬਲੈਂਡ ਚੇਂਜ ਕਰਵਾਏ ਨੇ ਉਗੈ ਇੱਥੇ ਰਿਪੇਅਰਿੰਗ ਦਾ ਕੰਮ ਜਿਹੜਾ ਵੇ ਬੜਾ ਮਹਿੰਗਾ ਵੇ ਰਿਪੇਅਰਿੰਗ ਨਾਲੋਂ ਬਿਹਤਰ ਏ ਕਿ ਤੁਸੀਂ ਨਵਾਂ ਲਵਾ ਲਵੋ ਤੇ ਇਹ ਤੇ ਹੁਣ ਜਾਏਗਾ ਜੀ ਬਿੰਮੇਚ ਦੋਨੋਂ ਦੇਖਿਆ ਤੋਂ ਜੜੀਏ ਅਲਮਾਰੀ ਮੰਗਾਈ ਸੀ ਅਸੀਂ ਕੈਬਨਟ ਉਹ ਜੜੀਏ ਸਫਿਟ ਕਰ ਲਈਏ ਸਾਰੇ ਸਕਰੂ ਵਗੈਰਾ ਲੱਗ ਕੇ ਜਿਵੇਂ ਲੋਹੇ ਦੀਆਂ ਅਲਮਾਰੀਆਂ ਹੁੰਦੀਆਂ ਨਾ ਸਾਡੀਆਂ ਉਸ ਮਟੀਰੀਅਲ ਦੀ ਏ ਔਰ ਬੜੀ ਸੋਲਿਡ ਚੀਜ਼ ਏ ਬਹੁਤ ਅੱਛੀ ਹੈ ਇਹਦੇ ਵਿੱਚ ਸਾਰਾ ਫਿਰ ਅਸੀਂ ਆਪਣਾ ਸਮਾਨ ਰੱਖ ਦਿੱਤਾ ਹੈ ਅੰਡੇ ਬ੍ਰੈਡ ਤੇ ਸਾਰੇ ਜਿਹੜੇ ਅਚਾਰ ਨੁਟੈਲਾ ਤੇ ਇਹ ਜਿਹੜੇ ਆਲਮੰਡ ਸਪਰੈਡ ਤੇ ਇਹ ਜਿਹੜਾ ਸ਼ੇਅ ਤੇ ਮੁਖ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਵੀ ਇਹਦੇ ਵਿੱਚ ਸਾਰੀਆਂ ਅਸੀਂ ਵਾਰ ਦਿੱਤੀਆਂ ਨੇ ਬੱਚਿਆਂ ਦੇ ਬਿਸਕਟਸ ਨੇ ਇਹ ਬੱਚਾ ਜੋ ਜੋ ਚੀਜ਼ ਹੈ ਵਾਰ ਸਕਦੀ ਸੀ ਨਾ ਉਹ شدید ਕਿਸਮ ਦੀ ਅਸੀਂ ਵਾਰ ਦਿੱਤੀ ਏ ਇਹਨੂੰ ਕਰ ਦਿੰਨੇ ਆ ਇਸ ਤਰ੍ਹਾਂ ਬੰਦ ਤੇ ਬੜਾ ਲਾਈਟ ਵੇਟ ਵੀ ਏ ਔਰ ਬੜੀ ਅੱਛੀ ਉੱਪਰ ਵੀ ਬੱਚਿਆਂ ਦੇ ਜੂਸ ਪੀਏ ਨੇ ਇਹ ਸੀਰੀਅਲਸ ਵਗੈਰਾ ਪੀਏ ਨੇ ਮੈਂ ਇਹ ਵਾਲਾ ਖਾਨੀ ਮੈਨੂੰ ਇਹ ਬਹੁਤ ਅੱਛਾ ਲੱਗਦਾ ਏ ਬਹੁਤ ਅੱਛਾ ਹੁੰਦਾ ਮੇਰਾ ਫੇਵਰੇਟ ਏ ਇਹ ਬਾਕੀ ਕਿਸੇ ਦਾ ਕੋਈ ਏ ਯੂਸਫ ਖਾਨ ਦਾ ਏ ਮੁਸਤਾਫਾ ਖਾਨ ਦਾ ਹਰ ਇੱਕ ਦੀ ਅਲੱਗ-ਲੱਗ ਚੋਇਸ ਏ ਵਈ ਅਲੱਗ-ਲੱਗ ਤੇ ਇੱਥੇ ਵੀ ਬਟਰ ਰੱਖ ਦਿੱਤਾ ਵੇ ਤੇ ਅਨਾਂ ਦੇ ਟਿਪਸ ਵਗੈਰਾ ਨੇ ਇਹ ਨਾਲ ਇਹ ਟੋਟੀਆਂ ਰਹਿਬ ਕੇ ਕੀੜੇ ਉਹ ਵੀ ਹੁੰਦੇ ਨੇ ਇੱਥੇ ਸੀ ਐਕਸਟਰਾ ਬਰਤਨ ਵਗੈਰਾ ਜਿਹੜੀ ਚੀਜ਼ਾਂ ਨੇ ਨਾ ਉਹ ਕੁਝ ਸੈੱਟ ਕਰ ਦਿੱਤੀਆਂ ਨੇ ਤੇ ਚਲੋ ਭਈ ਇਹ ਤੇ ਕੰਮ ਬੜਾ ਚੰਗਾ ਹੋ ਗਿਆ ਵੇ ਕਿ ਅਲਮਹਰੀ ਜਿਹੜੀ ਸਾਨੂੰ ਕੈਬਨਟ ਕਾਫੀ ਦਿਨਾਂ ਤੋਂ ਅਸੀਂ ਸੋਚ ਰਹੇ ਸੀ ਸਾ ਕਿ ਲੈ ਕੇ ਆਈਏ ਲੈ ਕੇ ਆਈਏ ਬਸ ਉਹ ਸੁਸਤੀ ਕਹਿ ਲੋ ਕਿ ਜਾ ਕੇ ਲੈ ਕੇ ਆਣਾ ਪਰ ਆਨਲਾਈਨ ਹੀ ਫਿਰ ਬੰਗਵਾ ਲਈ ਤੇ ਹੁਣ ਉਹਦੇ ਨਾਲ ਕਾਫੀ ਫਾਇਦਾ ਹੋ ਗਿਆ ਸਾਰਾ ਸਮਾਨ ਇਹਦੇ ਵਿੱਚ ਸਿਮਟ ਗਿਆ ਵੇ बच्चे स्कूल तो आगे ने ते तो यूसुफ ऊपर कपड़े चेंज करण गया है नाही-नाई करके आ रिया है तो मैं पका रही हूँ उनके वास्ते गरमा-गरम कड़ी वाली रोटी यूसुफ क्या खा रहे हो दाल पराठा अच्छा यूसुफ को कैसी लगी ये रोटी अमेजिंग अमेजिंग यूसुफ के बड़ा फेवरेट है यूसुफ के लिए दो रोटी के बनाई हैं और ये सब अचार के साथ खा रहे मेरा गुड बेटा और मुस्तफ़ा ने खाम खा कर रोना डाला हुआ है खाम खा रो रहा है रो रो रहा है, रहा है, ये बच्चा नहीं चुप चुप, चुप 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 बस 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 मुस्तफा मिर्ची वाला हाथ लग गया आंख में ना इसलिए रो रहा है मुस्तफ़ा अभी सही अभी अभी धो दिया ना अभी सही हो जाएगा अभी सही हो जाएगा ਮੈਂ ਔਰ ਮੁਸਤਫਾ ਅਸੀਂ ਗੱਡੀ 'ਚ ਬੈਠੇ ਆਂ ਵੇਟ ਕਰ ਰਹੇ ਆਂ ਇੰਜੈਕਸ਼ਨ ਲਗਵਾ ਕੇ ਆਂ ਅਸੀਂ ਜਾਈਏ ਅਸੀਂ ਆਏ ਆ ਅੱਜ ਯਹੀ ਅਦਾ ਟੀਵੀ ਦਾ ਇੰਜੈਕਸ਼ਨ ਲਗਣਾ ਸੀ ਬੀਸੀਜੀ ਦਾ ਉਹਦੇ ਵਾਸਤੇ ਪਰ ਮੁਸਤਫਾ ਨੇ ਬੜੀ ਜ਼ਿੱਦ ਕੀਤੀ ਕਿ ਬਣ ਹਾਲ ਜਾਣਾ ਹੈ ਦੇਖੋ ਅਲਾਉ ਨਹੀਂ ਸੀ ਬੱਚਿਆਂ ਨੂੰ ਅੰਦਰ ਜਾਣਾ ਇਸ وجہ ਨਾਲ ਮੈਂ ਨਾਲ ਆਈ ਆ ਅਸੀਂ ਦੋ ਲੋ ਅਸੀਂ ਦੋ ਖਾਰ ਗੱਡੀ 'ਚ ਬੈਠੇ ਆਂ ਹਾਂਜੀ ਬੇ ਬੀ ਸ਼ਕ ਡੂ 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 ਕੈਸੇ ਮੁਸਫਾ ਮੁਸਫਾ ਨੂੰ ਮੇਰੇ ਪਰਸ ਵਿੱਚੋਂ ਮਿਲ ਗਿਆ ਉਹ ਦੰਦੀ ਜਿਹੜੀ ਬਿੱਦ ਦਾ ਇੱਕ ਪੈਕੇਟ ਪਿਆ ਸੀ ਮੁਸਫਾ ਨੂੰ ਮਿਲ ਗਿਆ ਤੇ ਮੁਸਫਾ ਦੀਆਂ ਹੋ ਗਈਆਂ ਮੋਜਾਂ ਇਹ ਮੇਰਾ ਪਰਸ ਫਰੋਲਦਾ ਰਹਿੰਦਾ ਵੇ ਕੁਛ ਨਾ ਕੁਛ ਉਹਦੇ ਵਿੱਚੋਂ ਮਿਲ ਹੀ ਜਾਂਦਾ ਵੇ ਖਾਣ ਪੀਣ ਦਾ ਮੈਂ ਕੋਈ ਚੀਜ਼ ਅਸੀਂ ਅੱਧੀ ਫਿਰ ਪਰਸ ਵਿੱਚ ਰੱਖ ਦਿੰਦੀ ਆ ਤੇ ਇਹਨੂੰ ਫਿਰ ਹੱਤਾ ਇਹਨੇ ਬਸ ਇਸ ਤਰ੍ਹਾਂ ਨਜ਼ਰ ਕਮਾਈ ਹੈ ਨਾ ਤੇ ਬਸ ਇਹਨੂੰ ਮਿਲ ਗਿਆ ਤੇ ਚਲੋ ਭਈ ਮੋਜਾ ਦੁਬਈ ਦੀਆਂ ਮੁਸਤਫਾ ਦੀ ਮੋਜਾ ਹੋ ਗਈਆਂ ਨੇ ਸ਼ੁਰੂ ਅਸੀਂ ਵੇਟ ਕਰ ਰਹੇ ਹਾਂ ਤੇ ਅੱਲਾਹ ਕਰੇ ਲੱਕੇ ਆ ਜਾਵੇ ਤੇ ਫਿਰ ਅਸੀਂ ਘਰ ਵਾਪਸ ਜਾਵਾਂਗੇ ਸੜਕਾਂ ਦੀ ਹੋਏਗੀ ਰਵਾਨਗੀ